देखो एबीपी सांझा टाटा स्काई चैनल नंबर 1929 पे। डीएसजीएमसी प्रधान दी चोन दौरान माहौल गरमाया रहा, गल हथो पाई तक भी पहुंच गई। शनिवार शाम 6 बजे तक सिर्फ दो ही वोटा पईया सन। दोहां तिरह एक दूजे ते धक्केशाही दा इल्जाम लगा रही ने। मुकाबला सरना धड़े अते अकाली दल विचकार है। इस तो पहला मनजिंदर सिरसा ने प्रधानगी अहुदे तो अस्तीफा दे दिता सी। ਇਲੈਕਸ਼ਨ ਦੀ ਸਿਚੁਏਸ਼ਨ ਇਹ ਹੈਗੀ ਆ ਜੀ, ਜੋ ਅੱਜ ਸਵੇਰੇ ਮਾਰਨਿੰਗ ਦੇ ਵਿੱਚ ਪ੍ਰੋ ਟੈਂਪੋਰ ਚੇਅਰਮੈਨ ਜਿਹਨਾਂ ਦੀ ਸਿਲੈਕਸ਼ਨ ਹੋਈ ਸੀ, 51 ਮੈਂਬਰਾਂ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਅਪਾਇੰਟਮੈਂਟ ਹੋਈ ਆ। ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਸੀ, ਪਹਿਲੀ ਵੋਟ ਕਾਸਟ ਹੋਈ ਆ, ਸੈਕਿੰਡ ਵੋਟ ਜਿਸ ਵੇਲੇ ਕਾਸਟ ਹੋ ਗਈ ਹੈ ਅਤੇ ਕਾਲਰਾ ਸਾਹਿਬ ਨੇ ਜਿਸ ਵੇਲੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਮੈਂ ਨਾਮ ਕਿੱਥੇ ਲਿਖਣਾ ਹੈ, ਇਸ ਗੱਲ ਨੂੰ ਲੈ ਕੇ ਆਪੋਜੀਸ਼ਨ ਪਾਰਟੀ ਨੇ, ਸਰਨਾ ਸਾਹਿਬ ਨੇ, ਜੀਕੇ ਸਾਹਿਬ ਨੇ ਡਿਸਪਿਊਟ ਖੜਾ ਕਰ ਦਿੱਤਾ ਹੈ। ਔਰ ਸਵੇਰ ਤੋਂ ਲੈ ਕੇ ਅਜੇ ਤੱਕ ਇਹ ਡਿਸਪਿਊਟ ਰਿਹਾ, ਉਹ ਕਹਿ ਰਹੇ ਕਿ ਇਨਵੈਲਿਡ ਵੋਟ ਹੈ, ਜਦਕਿ ਉਹ ਇਨਵੈਲਿਡ ਵੋਟ ਨਹੀਂ ਹੈ, ਵੈਲਿਡ ਵੋਟ ਹੈ, ਕਿਉਂਕਿ ਉਹਨਾਂ ਨੇ ਸਿਰਫ ਇਹ ਪੁੱਛਿਆ ਸੀ ਕਿ ਇਹ ਵੋਟ ਜਿਹੜੀ ਹੈ ਕਿਸ ਜਗ੍ਹਾ ਦੇ ਉੱਤੇ ਨਾਮ ਲਿਖਣਾ, ਉਹ ਰਾਈਟ ਹੈ, ਕਿਸੇ ਵੀ ਮੈਂਬਰ ਨੂੰ ਰਾਈਟ ਹੈ, ਉਹ ਜਾ ਕੇ ਪੁੱਛ ਸਕਦਾ ਹੈ, ਪ੍ਰੋ ਟਾਈਮ ਚੇਅਰਮੈਨ ਕੋਲੋਂ ਪੁੱਛ ਸਕਦਾ, ਕਿਸੇ ਕੋਲੋਂ ਵੀ ਪੁੱਛ ਸਕਦਾ ਹੈ, ਅਤੇ ਇਹਦੇ ਵਿੱਚ ਕੋਈ ਵੀ ਐਸੀ ਗੱਲ ਨਹੀਂ ਹੈ ਕਿ ਜਿਹਦੇ ਨਾਲ ਆਪਾਂ ਕਹੀਏ ਕਿ ਇਨਵੈਲਿਡ ਵੋਟ ਹੈ, ਪਰ ਇਸ ਗੱਲ ਦਾ ਜਿਹੜਾ ਹਜੇ ਤੱਕ ਫੈਸਲਾ ਨਹੀਂ। ਪੰਜਾਬ ਔਰ ਪੰਜਾਬੀਅਤ ਕੀ ਪਰਛਾਈ, ਅਬ ਦੇਖੇ ABP ਸਾਂਝਾ टाटा स्काई चैनल नंबर 1929 पर। एबीपी सांझा देखने के लिए अपने केबल ऑपरेटर से अभी संपर्क करें। एबीपी सांझा, जोश, जज्बा, जुनून।